ਪੂਰੇ ਜੱਗ ਵਿੱਚ ਵਸਦੇ ਹੋਏ ਪੰਜਾਬੀ ਪਿਆਰਿਓ, ਇਸਾਨ ਬਾਜਵਾ ਜੱਟਾਂ ਦਾ ਇੱਕ ਅਗਲਾ ਕਬੀਲਾ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ। ਇਹਦੇ ਤੋਂ ਪਹਿਲਾਂ ਅਗਰ ਤੁਸੀਂ ਬਾਬਾ ਬਾਜਵਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਕਰ ਦਿਓ, ਔਰ ਬੈੱਲ ਆਈਕਾਨ 'ਤੇ ਕਲਿੱਕ ਕਰ ਦਿਓਗੇ ਅਤੇ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆਪਣੇ ਆਪ ਤੁਹਾਡੇ ਤਾਈਂ ਅੱਪੜਦਾ ਰਹੇਗਾ। ਔਰ ਵੀਡੀਓ ਚੰਗੀ ਲੱਗੇ ਤਾਂ ਉਹਨੂੰ ਲਾਈਕ ਵੀ ਕਰਿਆ ਕਰੋ ਅਤੇ ਸ਼ੇਅਰ ਵੀ ਸੱਜਣਾ ਸਾਥੀਆਂ ਦੇ ਵਿੱਚ ਕਰਿਆ ਕਰੋ। ਅੱਜ ਅਸੀਂ ਤੁਹਾਡੇ ਨਾਲ ਇੱਕ ਬਹੁਤ ਹੀ ਵੱਡਾ ਕਬੀਲਾ ਪੰਜਾਬ ਦਾ ਗੁੱਜਰ ਜੱਟ ਕਬੀਲਾ, ਇਹਨੂੰ ਗੋਜਰ ਵੀ ਕਈਆਂ ਇਲਾਕਿਆਂ 'ਚ ਆਖਿਆ ਜਾਂਦਾ, ਗੁੱਜਰ ਵੀ ਆਖਿਆ ਜਾਂਦਾ, ਅਤੇ ਇਹਦੇ ਬਾਰੇ ਕਈ ਲੋਕਾਂ ਨੂੰ ਇਹ ਭੁਲੇਖਾ ਹੈ ਕਿ ਸ਼ਾਇਦ ਇਹ ਜੱਟ ਕਬੀਲਾ ਨਹੀਂ, ਇਹ ਵੀ ਸਿੱਕੇਬੰਦ ਜੱਟਾਂ ਦਾ ਕਬੀਲਾ ਅਤੇ ਬਹੁਤ ਤਗੜਾ ਕਬੀਲਾ। ਗੁੱਜਰ ਦਾ ਪਿਓ ਗੋਰਜਰ ਜਿਹੜਾ ਰਾਏ ਮੂਲ ਰਾਜ ਦਾ ਪੁੱਤਰ ਸੀ ਅਤੇ ਅੱਗੋਂ ਉਹਦਾ ਕੱਲਾਕਾਰਾ ਪੁੱਤਰ ਹੋਇਆ ਜਿਹਦੇ 'ਚੋਂ ਇਹ ਸਾਰੀ ਨਸਲ ਜਿਹੜੀ ਅੱਗੋਂ ਗੁੱਜਰਾਂ ਦੀ ਹੋਈ, ਅਤੇ ਇਹ ਅਸਲੋਂ ਸੂਰਜਵੰਸ਼ੀ ਜੱਟਾਂ ਦਾ ਕਬੀਲਾ। ਗੋਰਜਰ ਪਨਵਾਰ, ਪਰਮਾਰ, ਪਡਿਆਰ ਅਤੇ ਚੌਹਾਨ ਦਾ ਸੱਕਾ ਭਰਾ ਹੈ। ਇਹ ਸਾਰਾ ਵੇਰਵਾ ਅਸੀਂ ਗੁੱਜਰ ਕਬੀਲੇ ਦਾ ਕੁਰਸੀ ਨਾਵਾਂ ਦੱਸਣ ਲੱਗਿਆਂ ਤੁਹਾਡੇ ਨਾਲ ਸਾਂਝਾ ਕਰਾਂਗੇ। ਪਰ ਪਹਿਲਾਂ ਵੇਖਦੇ ਹਾਂ ਵੀ ਜੱਟ ਕਬੀਲਿਆਂ ਦਾ ਜ਼ਿਕਰ ਕਰਨ ਵਾਲੇ ਜਿਹੜੇ ਲਿਖਾਰੀ ਨੇ ਉਹਨਾਂ ਨੇ ਗੁੱਜਰ ਜੱਟ ਕਬੀਲੇ ਦੇ ਬਾਰੇ ਸਾਡੇ ਨਾਲ ਕੀ ਸਾਂਝ ਪਾਈ ਹੈ। ਗਲਾਸਰੀ ਆਫ ਟ੍ਰਾਈਬਸ ਐਂਡ ਕਾਸਟਸ ਵਿੱਚ ਈ ਡੀ ਮੈਕਲੇਗਨ ਅਤੇ ਐਚ ਏ ਰੂਜ਼ ਨੇ ਗੁੱਜਰ ਕਬੀਲੇ ਬਾਰੇ ਬੜੀ ਭਰਵੀਂ ਜਾਣਕਾਰੀ ਦਿੰਦਿਆਂ ਲਿਖਿਆ ਹੈ ਕਿ ਗੁਜਰਾਲ ਜਾਂ ਗੁੱਜਰ ਲਫਜ਼ ਵੀ ਗੁੱਜਰ ਜਾਂ ਗੁੱਜਰ ਨਾਲ ਹੀ ਮਿਲਿਆ ਹੋਇਆ ਹੈ। ਗੁਜਰੇੜ ਵੀ ਲਫਜ਼ ਜਿਹੜਾ ਹੈ ਜਾਂ ਗੁਜਰਾਲ, ਇਹ ਗੁੱਜਰ ਜਾਂ ਗੋਜਰ ਨਾਲ ਮਿਲਿਆ ਹੋਇਆ, ਜਿਹਦਾ ਮਤਲਬ ਹੈ ਗੁਜਰਾਂ ਦੀ ਰਹਿਣ ਥਾਂ, ਜਦੋਂ ਕਿ ਗੁਜਰਾਤ ਦਾ ਮਤਲਬ ਗੁਜਰਾਂ ਦਾ ਇਲਾਕਾ ਹੈ। ਜ਼ਿਲ੍ਹਾ ਗੁਜਰਾਤ ਇਹਨਾਂ ਦਾ ਹੀ ਮਰਕਜ਼ੀ ਸ਼ਹਿਰ ਹੈ, ਪਰ ਇਸ ਸ਼ਹਿਰ ਦਾ ਨਾਂ ਉਦੇ ਨਗਰ ਹੁੰਦਾ ਸੀ। ਇੱਕ ਅਵਾਮੀ ਰਵਾਇਤ ਮੁਤਾਬਕ ਇੱਕ ਸੂਰਜਵੰਸ਼ੀ ਰਾਜਪੂਤ ਬਚਨਪਾਲ ਨੇ ਇਹਦਾ ਨੀਂਹ ਪੱਥਰ ਰੱਖਿਆ ਸੀ ਅਤੇ ਉਹ ਬੰਦਾ ਜਿਹੜਾ ਗੰਗਾ ਦੁਆਬ ਤੋਂ ਆਇਆ ਸੀ, ਜਦੋਂ ਕਿ ਅਲੀ ਖਾਂ ਨਾਂ ਦੇ ਬੰਦੇ ਨੇ ਸ਼ਹਿਰ ਨੂੰ ਨਵੇਂ ਸਿਰਿਓਂ ਉਸਾਰਿਆ। ਅਤੇ ਇਸ ਵਿੱਚ ਭੋਰਾ ਸ਼ੱਕ ਨਹੀਂ ਵੀ ਗੋਰਜਰ ਰਾਜਾ ਜਿਹੜਾ ਅਲਾ ਖਾਨ ਜਾਂ ਅਲ ਖਾਨ ਸੀ, ਜਿਹਨੂੰ 883 ਅਤੇ 901 ਈਸਵੀ ਵਿਚਕਾਰ ਸੰਘਕਾਰ ਅਤੇ ਮਾਰ ਦੇ ਹੱਥੋਂ ਹਾਰ ਹੋਈ ਸੀ। ਪਰ ਕੈਪਟਨ ਜਿਹੜਾ ਮੈਕਨਸ ਨੇ ਇੱਕ ਹੋਰ ਰਵਾਇਤ ਦੱਸੀ ਹੈ ਜਿਹਦੇ ਮੁਤਾਬਕ ਗੁਜਰਾਤ ਸ਼ਹਿਰ ਦੀ ਪਰਤ ਕੇ ਉਸਾਰੀ ਸਿਆਲਕੋਟ ਦੇ ਰਾਜੇ ਰਸਾਲੂ ਦੇ ਪੁੱਤਰ ਬਦਰ ਸੀਨ ਦੀ ਸਵਾਣੀ ਰਾਣੀ ਗੁਜਰਾਂ ਨੇ ਕੀਤੀ ਸੀ। ਦੋਵੇਂ ਬਿਆਨ ਇਸ ਗੱਲ 'ਤੇ ਇੱਕ ਜ਼ਮਾਨ ਨੇ ਵੀ ਗੁਜਰਾਤ ਸ਼ਹਿਰ ਨੂੰ ਅਕਬਰ ਬਾਦਸ਼ਾਹ ਦੇ ਬਾਰੇ ਉਸਾਰਿਆ ਗਿਆ ਸੀ। ਇਸ ਵੇਲੇ ਤਾਂ ਗੁਜਰਾਤ ਵਿੱਚ ਹਰਾਤ ਜਾਂ ਜੱਟ ਪਰਗਣਾ ਅਤੇ ਗੁੱਜਰ ਪਰਗਣਾ ਵਿੱਚ ਇਹ ਵੰਡਿਆ ਹੋਇਆ ਸੀ। ਹਾਂਜੀ, ਯਾਨੀ ਇਹ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਸੀ, ਪਰ ਇਹ ਪਰਗਣੇ ਤੱਪਿਆਂ ਵਿੱਚ ਵੰਡੇ ਹੋਏ ਸਨ। ਸਰ ਅਲੈਗਜ਼ੈਂਡਰ ਕਨਿੰਗਮ ਇਸ ਜ਼ਮਾਨੇ ਦੇ ਗੁੱਜਰਾਂ ਬਾਰੇ ਲਿਖਦੇ ਨਹੀਂ ਵੀ ਗੁੱਜਰ ਹਿੰਦ ਦੇ ਉੱਤਰ ਲਹਿੰਦੇ ਦੇ ਇੱਕ ਹਿੱਸੇ ਦੇ ਵਿੱਚ ਢੇਰ ਗਿਣਤੀ ਵਿੱਚ ਵਸੇ ਹੋਏ ਨੇ, ਅਤੇ ਇਹ ਸਿੰਧ ਦਰਿਆ ਤੋਂ ਗੰਗਾ ਦਰਿਆ ਤੀਕਰ ਅਤੇ ਹਜ਼ਾਰਾ ਤੋਂ ਲੈ ਕੇ ਗੁਜਰਾਤ ਤੀਕਰ ਢੇਰ ਗਿਣਤੀ ਦੇ ਵਿੱਚ ਇਹ ਕਬੀਲਾ ਵਸਿਆ ਹੋਇਆ। ਜਮਨਾ ਦਰਿਆ ਦੇ ਉਤਲੇ ਪਾਸੇ ਦਰਿਆ ਦੇ ਕੰਢਿਆਂ ਦੇ ਨਾਲ ਨਾਲ ਜਗਾਦਰੀ ਅਤੇ ਬਰੀ ਦੇ ਨੇੜੇ ਨੇੜੇ ਅਤੇ ਸਹਾਰਨਪੁਰ ਦੇ ਇਲਾਕੇ ਵਿੱਚ ਚੋਖੀ ਗਿਣਤੀ ਵਿੱਚ ਗੁੱਜਰ ਵਸੇ ਹੋਏ ਨੇ। ਦਿੱਲੀ ਦੇ ਦੱਖਣ ਵਿੱਚ ਰਿਵਾੜੀ ਦੇ ਰਾਜੇ ਵੀ ਗੁੱਜਰ ਨੇ। ਦੱਖਣੀ ਪੰਜਾਬ ਵਿੱਚ ਇਹ ਟਾਵੇਂ ਟਾਵੇਂ ਨੇ, ਪਰ ਉੱਤਰ ਵਾਲੇ ਪਾਸੇ ਤੋਂ ਆਉਂਦਿਆਂ ਇਹਨਾਂ ਦੀ ਗਿਣਤੀ ਵੱਧਦੀ ਲੱਗੀ ਜਾਂਦੀ ਹੈ। ਉੱਤਰੀ ਪੰਜਾਬ ਵਿੱਚ ਗੁੱਜਰਾਂ ਵਾਲਾ ਗੁਜਰਾਤ ਅਤੇ ਗੁੱਜਰ ਖਾਂ ਵਰਗੀਆਂ ਥਾਵਾਂ ਗੁੱਜਰਾਂ ਦੇ ਨਾਂ 'ਤੇ ਹੀ ਆਬਾਦ ਹੋਈਆਂ ਸਨ।
ਇਸ ਜਾਣਕਾਰੀ ਵਿੱਚ ਗੁਜਰਾਂ ਵਾਲਾ ਨੂੰ ਗੁਜਰਾਂ ਦਾ ਸ਼ਹਿਰ ਆਖਣਾ ਠੀਕ ਨਹੀਂ, ਇਸ ਸ਼ਹਿਰ ਨੂੰ ਕੁੱਜਰ ਜੱਟਾਂ ਨੇ ਵਸਾਇਆ ਸੀ ਅਤੇ ਅਸਲੋਂ ਇਹਦਾ ਨਾਂ ਵੀ ਗੁਜਰਾਂ ਵਾਲਾ ਸੀ, ਜੋ ਵੇਲੇ ਦੇ ਨਾਲ ਨਾਲ ਅਨਪੜ੍ਹਤਾ ਦੀ ਘੋੜੀ ਚੜ੍ਹ ਕੇ ਗੋਜਰਾਂ ਵਾਲਾ ਬਣ ਗਿਆ। ਗਲਾਸਰੀ ਆਫ ਟ੍ਰਾਈਬਸ 'ਤੇ ਅੱਗੇ ਜਾ ਕੇ ਲਿਖਿਆ ਹੋਇਆ ਕਿ ਇਹ ਸਾਰੇ ਹਜ਼ਾਰਾਂ ਦੇ ਇਲਾਕੇ ਵਿੱਚ ਜੇਹਲਮ ਅਤੇ ਹਸਨ ਅਬਦਾਲ ਦੇ ਨੇੜੇ ਇਹਨਾਂ ਦੀ ਚੋਖੀ ਗਿਣਤੀ ਵਸੀ ਹੋਈ ਹੈ। ਗੁਜਰਾਂ ਦੀ ਥੱਲੜੇ ਇਲਾਕਿਆਂ ਵਿੱਚ ਗੁਜਰਾਂ ਦੀ ਆਬਾਦਕਾਰੀ ਦਾ ਵੇਲਾ ਮਿਥਣਾ ਬੜਾ ਔਖਾ ਹੈ। ਜਮੁਨਾ ਦੇ ਨੇੜੇ ਦੇ ਜ਼ਿਲ੍ਹਿਆਂ ਅਤੇ ਹੁਸ਼ਿਆਰਪੁਰ ਤੋਂ ਛੁੱਟ ਬਾਕੀ ਸਾਰੀਆਂ ਥਾਵਾਂ 'ਤੇ ਉਹ ਮੁਸਲਮਾਨ ਨੇ। ਫਿਰੋਜ਼ਪੁਰ ਦੇ ਗੁਜਰਾਂ ਦਾ ਆਖਣ ਇਹ ਵੀ ਉਹ ਦੱਖਣੀ ਹਿੰਦ ਵਿੱਚ ਦਾਰਾਨਗਰ ਤੋਂ ਆਏ ਸਨ ਅਤੇ ਮੁੜ ਸਰਸਾ ਤੋਂ ਹੁੰਦੇ ਹੋਏ ਕਸੂਰ ਦੇ ਰਾਹ ਫਿਰੋਜ਼ਪੁਰ ਆਉਣ ਵਸੇ। ਜਲੰਧਰ ਦੇ ਵਿੱਚ ਗੁਜਰ ਜਿਹੜੇ ਨੇ ਉਹ ਜਿਹੜੀ ਜੁੱਤੀ ਪਾਉਂਦੇ ਨੇ ਉਹ ਇੱਕ ਨਵੇਕਲੀ ਕਿਸਮ ਦੀ ਹੁੰਦੀ ਹੈ ਅਤੇ ਉਹਦੇ ਉਤਲੇ ਪਾਸੇ ਛੋਟਾ ਜਿਹਾ ਨਾ ਇੱਕ ਗੋਲ ਜਿਹਾ ਟਿੱਕਾ ਜਿਹਾ ਚਮੜੇ ਦਾ ਲੱਗਾ ਹੁੰਦਾ ਹੈ। ਅਤੇ ਬਿਆਨਣ ਜੋ ਗੱਲ ਇਹ ਵੀ ਗੁਜਰਾਂ ਲਈ ਗੁਜਰਾਤ, ਇੰਝ ਜਿਵੇਂ ਭੱਟੀਆਂ ਲਈ ਪਟਨੇਰ ਜਾਂ ਪਟਿਆਣਾ। ਗੁਜਰ ਸਰੀਰੀ ਪੱਖੋਂ ਜੱਟਾਂ ਵਰਗੇ ਤਗੜੇ ਹੁੰਦੇ ਨੇ ਅਤੇ ਇਹ ਇੱਕ ਅਖਾਣ ਵੀ ਹੈ ਵੀ ਜੱਟ ਗੁਜਰ ਆਹੀਰ ਅਤੇ ਗੋਲਾ ਇਹ ਚਾਰੇ ਜਿਗਰੀ ਯਾਰ ਨੇ। ਪੰਜਾਬ ਦੀ ਸਾਰੀ ਤਾਰੀਖ ਵਿੱਚ ਗੁਜਰਾਂ ਨੇ ਦਿੱਲੀ ਦੇ ਬਾਦਸ਼ਾਹਾਂ ਨੂੰ ਟਿੱਕ ਕੇ ਰਾਜ ਨਹੀਂ ਕਰਨ ਦਿੱਤਾ। ਮਿਸਟਰ ਥਾਮਸਨ ਨੇ ਦੱਸਿਆ ਵੀ ਜੇਹਲਮ ਦੇ ਗੁਜਰ ਬੜੇ ਚੰਗੇ ਵਾਹੀਵਾਨ ਨੇ। ਗੁਜਰਾਤ ਵਿੱਚ ਮੁਸਲਮਾਨ ਗੁਜਰਾਂ ਦੀਆਂ ਰੀਤਾਂ ਰਸਮਾਂ ਮੁਸਲਮਾਨ ਜੱਟਾਂ ਵਰਗੀਆਂ ਹੀ ਨੇ। ਪੇਸ਼ੇ ਦੇ ਇਤਬਾਰ ਨਾਲ ਗੁਜਰ ਚੋਖੇ ਡੰਗਰ ਪਾਲਣ ਵਾਲਾ ਕਬੀਲਾ ਸਮਝਿਆ ਜਾਂਦਾ ਹੈ। ਇਸ ਤਜ਼ਕਰੇ ਅੰਦਰ ਗੁਜਰ ਜੱਟ ਕਬੀਲੇ ਬਾਰੇ ਹੰਤ ਵਾਲੀਆਂ ਵੀ ਚੋਖੀਆਂ ਗੱਲਾਂ ਲਿਖੀਆਂ ਹੋਈਆਂ ਨੇ, ਜਿਨ੍ਹਾਂ ਨੂੰ ਇੱਥੇ ਬਿਆਨਣ ਦੀ ਲੋੜ ਨਹੀਂ। ਗੁਜਰਾਂ ਦੀ ਜ਼ਬਾਨ ਦਾ ਲਹਿਜਾ ਗੁਜਰੀ ਜਾਂ ਗੋਜਰੀ ਹੈ, ਜੋ ਜੈਪੁਰ ਅਤੇ ਰਾਜਸਥਾਨੀ ਜ਼ਬਾਨ ਨਾਲ ਮਿਲਦਾ ਜੁਲਦਾ ਹੈ। ਹੁਣ ਅਸੀਂ ਗੁਜਰ ਜੱਟ ਕਬੀਲਾ ਬਾਰੇ ਉਹ ਜਾਣਕਾਰੀ ਸਾਂਝੀ ਕਰਦੇ ਹਾਂ ਜੋ ਸਾਡੇ ਸਿੰਧੀ ਭਰਾ ਆਰੀਆ ਡਾਕਟਰ ਲਾਲ ਬਖਸ਼ ਨਾਇਚ ਮੱਲੀ ਜੱਟ ਨੇ ਮੀਰਪੁਰ ਮਥੇਲਾ ਤੋਂ ਸਾਡੇ ਨਾਲ ਸਾਂਝੀ ਕੀਤੀ। ਉਹਨਾਂ ਦੱਸਿਆ ਵੀ ਗੁਜਰ ਜੱਟਾਂ ਵਿੱਚ ਹਿੰਦ ਸਿੰਧ ਦਾ ਕਬਲ ਮਸੀਹ ਤੋਂ ਨਾਂ ਨਿਸ਼ਾਨ ਵਾਲਾ ਖਾਨਦਾਨ ਹੈ। ਗੋਰਜਰ ਮਹਾਰਾਜਾ ਮੂਲ ਰਾਜ ਦਾ ਪੁੱਤਰ ਸੀ, ਜਿਹਦੇ ਘਰ ਇਕੱਲਾ ਇਕੱਲਾ ਪੁੱਤਰ ਗੁਜਰ ਜੰਮਿਆ। ਕਬਲ ਮਸੀਹ ਤੋਂ ਗੁਜਰ ਜੱਟ ਕਬੀਲੇ ਨੂੰ ਜਾਗੀਰਦਾਰ, ਤਗੜੀਆਂ ਜ਼ਮੀਨਾਂ ਦੇ ਮਾਲਕ ਅਤੇ ਸਾਂਗੀ, ਯਾਨੀ ਚੋਖੇ ਮਾਲ ਡੰਗਰ ਵਾਲੇ, ਸਿੰਧੀ ਵਿੱਚ ਸਾਂਗੀ ਆਖਦੇ ਨੇ ਜਿਨ੍ਹਾਂ ਦੇ ਕੋਲ ਚੋਖਾ ਮਾਲ ਡੰਗਰ ਹੋਵੇ, ਸਮਝਿਆ ਜਾਂਦਾ ਹੈ। ਇਹਨਾਂ ਦੀ ਚੋਖੀ ਵਾਦੀ ਕਸ਼ਮੀਰ, ਲੱਦਾਖ, ਅਫਗਾਨਿਸਤਾਨ ਅਤੇ ਫਾਰਸ ਵਿੱਚ ਵੀ ਵਸੀ ਹੋਈ ਹੈ। ਇਸ ਕਬੀਲੇ ਦੇ ਲੋਕ ਹਿੰਦੂ, ਮੁਸਲਮਾਨ, ਸਿੱਖ ਅਤੇ ਮਜ਼ਾਹਰ ਪ੍ਰਸਤ ਵੀ ਮੌਜੂਦ ਨੇ। ਆਮ ਲੋਕ ਇਸ ਕਬੀਲੇ ਨੂੰ ਨਿਰਾ ਦੁੱਧ ਵੇਚਣ ਵਾਲਾ ਕਬੀਲਾ ਸਮਝਦੇ ਨੇ। ਹਾਲਾਂ ਡੰਗਰ ਪਾਲਣ ਦਾ ਕੰਮ ਤਾਂ ਸਾਰੇ ਜੱਟ ਕਬੀਲੇ ਮੁੱਢਲਾ ਤੋਂ ਕਰਦੇ ਆ ਰਹੇ ਨੇ। ਗੁਜਰ ਬਸ ਗੋਜਰਾ ਅਤੇ ਗੁਜਰ ਖਾਂ ਗੋਜਰ ਜੱਟਾਂ ਨੇ ਆਬਾਦ ਕੀਤੇ ਸਨ। ਅੱਜ ਦੇ ਹਿੰਦੁਸਤਾਨ ਵਿੱਚ ਗੁਜਰ ਜੱਟਾਂ ਨੂੰ ਅਛੂਤ ਬਣਾ ਦਿੱਤਾ ਗਿਆ। ਉਹਦਾ ਕਾਰਨ ਇਹ ਵੀ ਭਈ ਹਿੰਦੂ ਗੁਜਰਾਂ ਨੇ ਮਤਲਬ ਇਹ ਕਿ ਮੁਰਦੇ ਸਾੜਨ ਤੋਂ ਨਾਂਹ ਕਰ ਦਿੱਤੀ ਸੀ, ਯਾਨੀ ਜਿਹੜੇ ਬਾਹਮਣਾਂ ਦੇ ਸਨ ਕਿ ਮੁਰਦੇ ਸਾੜੋ, ਅਤੇ ਜਿਹੜੇ ਹਿੰਦੂ ਗੁਜਰ ਨੇ ਉਹਨਾਂ ਮੁਰਦੇ ਸਾੜਨ ਤੋਂ ਨਾਂਹ ਕਰਤੀ ਸੀ। ਅਤੇ ਉਸ ਗੁੱਸੇ ਦੇ ਵਿੱਚ ਬਾਹਮਣਾਂ ਨੇ ਉਹਨਾਂ ਨੂੰ ਅਛੂਤ ਬਣਾ ਕੇ ਪੇਸ਼ ਕੀਤਾ। ਹਾਲਾਂ ਇਹ ਕਦੀ ਛੂਤ ਨਹੀਂ ਹੋ ਸਕਦੇ, ਇਹ ਤਾਂ ਜੱਟ ਨੇ ਅਤੇ ਸਿੱਕੇਬੰਦ ਜੱਟ ਨੇ ਅਤੇ ਜਗੀਰਾਂ ਦੇ ਮਾਲਕ ਨੇ। ਇਹ ਕੁੱਲ ਨੇਤਾ ਯਾਨੀ ਸੂਰਜ ਵਾਂਗਰ ਦੇ ਹਾਕਮ ਨੇ। ਇਹ ਲੋਕ ਬੜੇ ਬਹਾਦਰ, ਮਿਹਨਤੀ, ਕਦਕਾਠ ਵਾਲੇ ਅਤੇ ਗੰਦਮੀ ਰੰਗ ਵਾਲੇ ਲੋਕ ਨੇ। ਸਿੰਧ ਵਿੱਚ ਮੋਮਲ ਦੀ ਮਾੜੀ ਮੀਰਪੁਰ ਮਥੇਲਾ ਵਿੱਚ ਸਰਸਵਤੀ ਦਰਿਆ ਦੇ ਵਹਿਲ ਦੇ ਕੰਢੇ ਬਣਾਈ ਗਈ। ਉੱਥੋਂ ਦਾ ਰਾਜਾ ਨੰਦ ਗੁਜਰ ਸੀ, ਉਹਦੀਆਂ 12 ਧੀਆਂ ਸਨ, ਜਿਨ੍ਹਾਂ ਵਿੱਚੋਂ ਦੋਹ ਦੇ ਨਾਮ ਮੋਮਲ ਅਤੇ ਸੋਮਲ ਸਨ। ਇਹ ਉਸ ਵੇਲੇ ਜਾਦੂ ਦਾ ਇਲਮ ਬੜਾ ਜ਼ੋਰਾਂ 'ਤੇ ਹੁੰਦਾ ਸੀ। ਉਸ ਵੇਲੇ ਮਹਿੰਦਰਾ ਜੈਸਲਮੀਰ ਦਾ ਰਾਜਾ ਸੀ, ਉਹ ਮੋਮਲ 'ਤੇ ਆਸ਼ਕ ਹੋ ਗਿਆ। ਸ਼ਾਹ ਅਬਦੁਲ ਲਤੀਫ ਭਟਾਈ ਨੇ ਸੱਚਲ ਸਰ ਮਸਤ 'ਤੇ ਉਹਨਾਂ ਦਾ ਕਿੱਸਾ ਜਿਹੜਾ ਉਹ ਬਿਆਨ ਕੀਤਾ ਹੈ। ਸ਼ਾਹ
ਅਬਦੁਲ ਲਤੀਫ ਭਟਾਈ ਨੇ। ਉਸ ਵੇਲੇ ਸ਼ਿਕਾਰਪੁਰ ਦਾਦੂ ਲਾੜਕਾਣਾ ਬਦੀਨ ਅਤੇ ਕੱਛ ਬੁੱਝ ਅੰਦਰ ਰਣਬੀਰ ਗੁੱਜਰ ਦੀ ਹਾਕਮੀ ਸੀ ਅਤੇ ਇਸ ਵੇਲੇ ਦਾ ਜਿਹੜਾ ਸਾਰਾ ਸਿੰਧ ਉਹਦੀ ਹਾਕਮੀ ਦੇ ਅੰਦਰ ਸੀ। ਰਣਬੀਰ ਨੇ ਆਪਣੀ ਧੀ ਦਾ ਵਿਆਹ ਬਦੀਨ ਦੇ ਇਲਾਕੇ ਵਿੱਚ ਰਾਏ ਭੂੰਗਰ ਸੋਮਰਾ ਨਾਲ ਕੀਤਾ ਸੀ। ਰਣਬੀਰ ਨੇ ਤੋਹਫੇ ਵਿੱਚ ਰੂਪਾ ਬਾਈ ਨੂੰ ਜਾਗੀਰ ਦਿੱਤੀ ਅਤੇ ਜਾਗੀਰ ਵਿੱਚ ਮਾੜੀ ਬਣਵਾ ਕੇ ਦਿੱਤੀ ਜਿਹਦਾ ਨਾਂ ਰੂਪਾ ਮਾੜੀ ਰੱਖਿਆ ਗਿਆ। ਰਾਏ ਭੂੰਗਰ ਸੋਮਰਾ ਦੇ ਪੁੱਤਰ ਦੋਧਾ ਸੋਮਰਾ, ਕਨੀਰ ਸੋਮਰਾ ਅਤੇ ਧੀ ਪਾਗਲ ਬਾਈ ਹੋਈ। ਸੋਮਰਾ ਖਾਨਦਾਨ ਦੀ ਆਪਸੀ ਲੜਾਈ ਹੋਈ ਜਿਹਦੇ ਅੰਦਰ ਚੁਨੀਰ ਸੋਮਰਾ ਅਤੇ ਦੋਧਾ ਸੋਮਰਾ ਮਾਰੇ ਗਏ ਅਤੇ ਰੂਪਾ ਮਾਈ ਨੇ ਉਸ ਮਾੜੀ ਵਿੱਚ ਬਹਿ ਕੇ ਮਾੜੀ ਨੂੰ ਅੱਗ ਲਾ ਦਿੱਤੀ ਅਤੇ ਸੜ ਕੇ ਸੁਆਹ ਹੋ ਗਈ। ਪਾਗਲ ਮਾਈ ਨੇ ਇੱਜ਼ਤ ਬਚਾਉਣ ਲਈ ਰੱਬ ਅੱਗੇ ਦੁਆ ਕੀਤੀ ਅਤੇ ਜ਼ਮੀਨ ਫਟ ਗਈ ਅਤੇ ਪਾਗਲ ਮਾਈ ਅਤੇ ਹੋਰ ਉਸ ਖਾਨਦਾਨ ਦੀਆਂ ਬੀਬੀਆਂ ਜਿਉਂਦੀਆਂ ਜ਼ਮੀਨ ਦੇ ਵਿੱਚ ਧੱਸ ਗਈਆਂ। ਇਹ ਸੀ ਜਾਣਕਾਰੀ ਜਿਹੜੀ ਮਤਲਬ ਇਹ ਕਿ ਆਪਣਾ ਡਾਕਟਰ ਲਾਲ ਬਖਸ਼ ਨਾਇਕ ਨੇ ਦਿੱਤੀ। ਗੁੱਜਰ ਜੱਟ ਕਬੀਲਾ ਵਿੱਚ ਤਿੰਨ ਅਜ਼ੀਮ ਹਸਤੀਆਂ ਹੋਈਆਂ। ਹਜ਼ਰਤ ਮੀਆਂ ਮੁਹੰਮਦ ਬਖਸ਼ ਜਿਨ੍ਹਾਂ ਨੇ ਪੰਜਾਬੀ ਜ਼ਬਾਨ ਦੀ ਆਨ ਸ਼ਾਨ ਨੂੰ ਬੜਾ ਵਧਾਇਆ ਅਤੇ ਕਿੱਸਾ ਸੈਫਲ ਮਲੂਕ ਲਿਖ ਕੇ ਬੜਾ ਨਾਂ ਖੱਟਿਆ। ਦੂਜੇ ਹਜ਼ਰਤ ਮੌਲਵੀ ਗੁਲਾਮ ਰਸੂਲ ਸਨ, ਜਿਹੜੇ ਆਲਮਪੁਰ ਕੋਟਲਾ ਦੇ ਰਹਿਣ ਵਾਲੇ ਸਨ, ਜ਼ਿਲ੍ਹਾ ਹੁਸ਼ਿਆਰਪੁਰ ਦੇ। ਉਹਨਾਂ ਆਸਨੁਲ ਕਸਸ ਲਿਖ ਕੇ ਬੜੀ ਨਾਮਨਾ ਖੱਟੀ। ਅਤੇ ਇਸ ਕਬੀਲੇ ਦੇ ਤੀਜੇ ਸਨ ਚੌਧਰੀ ਅਬਦੁਲ ਅਲੀ ਗੁੱਜਰ, ਜਿਨ੍ਹਾਂ ਨੇ ਪੰਜਾਬੀ 'ਚ ਨਾਂ ਲਿਖੀ ਲੇਕਿਨ ਸਾਹਰ ਲੁਧਿਆਣਵੀ ਦੇ ਨਾਂ ਨਾਲ ਮਸ਼ਹੂਰ ਹੋਏ। ਅਤੇ ਹੁਣ ਅਸੀਂ ਗੁੱਜਰ ਜੱਟ ਕਬੀਲਾ ਦਾ ਉਹ ਸ਼ਿਜਰਾ ਸਾਂਝਾ ਕਰਦੇ ਹਾਂ ਜੋ ਡਾਕਟਰ ਨਾਇਕ ਨੇ ਸਾਡੇ ਨਾਲ ਸਾਂਝਾ ਕੀਤਾ। ਉਸ ਸ਼ਿਜਰੇ ਮੁਤਾਬਕ ਹਜ਼ਰਤ ਆਦਮ ਅਲੈਹਿ ਸਲਾਮ ਤੋਂ ਚੋਖਾ ਗੇਰੇ ਜਾ ਕੇ ਨਾਂ ਆਉਂਦਾ ਹਜ਼ਰਤ ਇਸਮਾਈਲ ਅਲੈਹਿ ਸਲਾਮ, ਜਿਨ੍ਹਾਂ ਨੂੰ ਹਿੰਦੂ ਅਦਬ ਵਿੱਚ ਅਥਰੂ ਭਗਵਾਨ ਆਖਿਆ ਗਿਆ, ਅਤੇ ਹਜ਼ਰਤ ਇਸਹਾਕ ਅਲੈਹਿ ਸਲਾਮ, ਜਿਨ੍ਹਾਂ ਨੂੰ ਹਿੰਦੂ ਜਿਹੜਾ ਅਦਬ ਹੈ ਉਹਦੇ ਵਿੱਚ ਅੰਗਰਸੀ ਭਗਵਾਨ ਆਖਿਆ ਗਿਆ। ਅੱਗੋਂ ਹਜ਼ਰਤ ਇਸਮਾਈਲ ਅਲੈਹਿ ਸਲਾਮ ਦੇ ਪੁੱਤਰ ਹੋਏ ਨਿਆਬੂਤ, ਅਤੇ ਜਿਹਦਾ ਦੂਜਾ ਨਾਮ ਸੂਰਜ ਸੀ, ਅਤੇ ਸੂਰਜ ਦਾ ਪੁੱਤਰ ਜਾਂ ਨਿਆਬੂਤ ਦਾ ਪੁੱਤਰ ਹੋਇਆ ਉੱਤਰੀ, ਅਤੇ ਉੱਤਰੀ ਦਾ ਪੁੱਤਰ ਹੋਇਆ ਨਰੀ, ਅਤੇ ਨਰੀ ਦਾ ਪੁੱਤਰ ਹੋਇਆ ਸੂਰਜ, ਜਿਹਦੇ ਤੋਂ ਸੂਰਜ ਬੰਸੀ ਖਾਨਦਾਨ ਦਾ ਜੱਟਾਂ ਦਾ ਮੁੱਢ ਵੱਜਾ। ਸੂਰਜ ਦਾ ਪੁੱਤਰ ਹੋਇਆ ਕਸ਼ੇਪ, ਅਤੇ ਕਸ਼ੇਪ ਦਾ ਪੁੱਤਰ ਹੋਇਆ ਕਿਰਨ, ਕਿਰਨ ਦਾ ਫਿਰ ਕਸ਼ੇਪ, ਅਤੇ ਕਸ਼ੇਪ ਦਾ ਪੁੱਤਰ ਹੋਇਆ ਦਿਓਲ, ਜਿਹੜਾ ਜੱਟਾਂ ਦਾ ਮਸ਼ਹੂਰ ਕਬੀਲਾ ਦਿਓਲ ਹੈ, ਇਹ ਵੀ ਹਜ਼ਾਰਾਂ ਸਾਲ ਪੁਰਾਣਾ ਹੈ। ਅੱਗੋਂ ਦਿਓਲ ਦਾ ਪੁੱਤਰ ਹੋਇਆ ਵੱਛਾ, ਅਤੇ ਵੱਛੇ ਦਾ ਪੁੱਤਰ ਹੋਇਆ ਕਛਵਾ, ਅਤੇ ਕਛਵੇ ਦਾ ਪੁੱਤਰ ਹੋਇਆ ਬੁੱਧ, ਅਤੇ ਬੁੱਧ ਦਾ ਪੁੱਤਰ ਹੋਇਆ ਸ਼ਿਸ਼ਪਾਲ, ਸ਼ਿਸ਼ਪਾਲ ਦਾ ਪੁੱਤਰ ਹੰਸਾ ਚਾਲਕ, ਜਿਹਦਾ ਦੂਜਾ ਨਾਂ ਸਤਿਗੁਰ ਚਾਲਕ ਵੀ ਸੀ, ਅਤੇ ਉਹਦਾ ਅੱਗੋਂ ਪੁੱਤਰ ਆਧੂ ਚਾਲਕ ਹੋਇਆ, ਅਤੇ ਆਧੂ ਚਾਲਕ ਦਾ ਪੁੱਤਰ ਨਿਰਮਲ ਚਾਲਕ ਹੋਇਆ, ਨਿਰਮਲ ਚਾਲਕ ਪੁੱਤਰ ਜਿਹੜਾ ਨਿਰਾਸ਼ਨਸ ਚਾਲਕ ਹੋਇਆ, ਜਿਹਨੂੰ ਨਿਰਾਸ਼ ਚਾਲਕ ਵੀ ਆਖਦੇ ਨੇ। ਅੱਗੋਂ ਉਸਦਾ ਪੁੱਤਰ ਹੋਇਆ ਜੀ ਮਹਿੰਦਰ ਚਾਲਕ, ਅਤੇ ਮਹਿੰਦਰ ਚਾਲਕ ਦਾ ਪੁੱਤਰ ਹੋਇਆ ਮਾਸ ਚਾਲਕ, ਅੱਗੋਂ ਉਸਦਾ ਪੁੱਤਰ ਹੋਇਆ ਮਾਲਕੂ ਚਾਲਕ, ਅਤੇ ਮਾਲਕੂ ਚਾਲਕ ਦਾ ਪੁੱਤਰ ਸੂਰਜ ਚਾਲਕ, ਅਤੇ ਸੂਰਜ ਚਾਲਕ ਦਾ ਪੁੱਤਰ ਹੋਇਆ ਜੀ ਲੀਲਾ ਚਾਲਕ, ਲੀਲਾ ਚਾਲਕ ਦਾ ਪੁੱਤਰ ਅੰਮ੍ਰਿਤ ਚਾਲਕ, ਅਤੇ ਅੰਮ੍ਰਿਤ ਚਾਲਕ ਦਾ ਪੁੱਤਰ ਹੋਇਆ ਗਿਆਨ ਚਾਲਕ, ਗਿਆਨ ਚਾਲਕ ਦਾ ਪੁੱਤਰ ਹੋਇਆ ਅਮਰ ਮੱਲ, ਅਤੇ ਅਮਰ ਮੱਲ ਦਾ ਪੁੱਤਰ ਗੁਲਾਬ ਚਾਲਕ, ਅਤੇ ਗੁਲਾਬ ਚਾਲਕ ਦਾ ਪੁੱਤਰ ਹਸ਼ਮਤ ਚਾਲਕ, ਅਤੇ ਹਸ਼ਮਤ ਚਾਲਕ ਦਾ ਪੁੱਤਰ ਬੂਰਾ ਚਾਲਕ, ਅਤੇ ਬੂਰਾ ਚਾਲਕ ਦਾ ਪੁੱਤਰ ਜ਼ਬਰ ਮੱਲ, ਅਤੇ ਜ਼ਬਰ ਮੱਲ ਦਾ ਪੁੱਤਰ ਹੰਸਾ ਰਾਜ, ਅਤੇ ਹੰਸਾ ਰਾਜ ਦਾ ਪੁੱਤਰ ਭੋਜ ਰਾਜ, ਅਤੇ ਭੋਜ ਰਾਜ ਦਾ ਪੁੱਤਰ ਸੂਰਜ ਮੁਖੀ ਰਾਜ, ਅਤੇ ਸੂਰਜ ਮੁਖੀ ਰਾਜ ਦਾ ਪੁੱਤਰ ਕਿਰਨ ਰਾਜ, ਅਤੇ ਕਿਰਨ ਰਾਜ ਦਾ ਪੁੱਤਰ ਚੰਦਰ ਸਿੰਘ ਰਾਜ, ਅਤੇ ਅੱਗੋਂ ਉਸ ਦਾ ਪੁੱਤਰ ਗਵਾ ਸੰਘ ਸੀਨ ਰਾਜ, ਅਤੇ ਉਸ ਦਾ ਪੁੱਤਰ ਕਵਾ ਸੰਘ ਸੀਨ ਰਾਜ, ਅਤੇ ਉਸ ਦਾ ਪੁੱਤਰ ਬਾਲਦਾ ਸੀਨ, ਅਤੇ ਉਸ ਦਾ ਪੁੱਤਰ ਦੂਦੇਸ਼ੀ ਰਾਜ,
ਅਤੇ ਅੱਗੋਂ ਉਸ ਦਾ ਪੁੱਤਰ ਸੂਰਦੇਸ਼ੀ ਰਾਜ ਅਤੇ ਉਸ ਦਾ ਪੁੱਤਰ ਹਮਸਾ ਸੀਨ। ਅਤੇ ਹਮਸਾ ਸੀਨ ਦਾ ਪੁੱਤਰ ਹੋਇਆ ਜੀ ਮੂਲ ਰਾਜ, ਅਤੇ ਮੂਲ ਰਾਜ ਦੇ ਪੁੱਤਰ ਹੋਏ ਜੀ ਰਾਜ ਚਾਲਕ, ਰਾਜ ਚੁਨੀਰ, ਰਾ ਉਨੀਰ, ਰਾ ਪੁਨੀਰ, ਰਾ ਸੁਨੀਰ, ਰਾ ਰੋਨੀਰ, ਰਾ ਪਨਵਾਰ, ਰਾ ਭਾਟੀਆ, ਰਾ ਗੋਰਜਰ ਯਾਨੀ ਜਿਹੜਾ ਗੁੱਜਰ ਕਬੀਲਾ ਹੈ, ਰਾ ਪਨਵਾਰ, ਰਾ ਚਲੋਕ, ਅਤੇ ਰਾ ਪਰਿਹਾਰ ਯਾਨੀ ਪੜਿਆਰ, ਅਤੇ ਰਾਏ ਚਾਹੂਮਾਨ ਯਾਨੀ ਚੌਹਾਨ ਕਬੀਲਾ। ਅੱਗੋਂ ਮੂਲ ਰਾਜ ਦੇ ਪੁੱਤਰ ਗੁੱਜਰ ਦੇ ਘਰ, ਗੋਰਜਰ ਦੇ ਘਰ ਇੱਕੋ ਪੁੱਤਰ ਹੋਇਆ, ਉਹਦਾ ਨਾਂ ਸੀ ਗੁੱਜਰ। ਅਤੇ ਅੱਗੋਂ ਗੁੱਜਰ ਦੇ ਘਰ ਪੁੱਤਰ ਹੋਏ ਜੀ ਕੌਲਸਰ, ਕਸਾਣਾ, ਛਾਬਰੀ, ਚੇਚੀ, ਗਟਾਣਾ, ਕਣ ਧਾਗਾ, ਪੋਸਵਾਲ, ਬਰੀਆਨ, ਗੋਰਾਨ, ਅਤੇ ਬੜੀ, ਅਤੇ ਬਾਲੀ, ਅਤੇ ਪੁਸ਼ਕਰ, ਮੈਲੂ, ਅਤੇ ਥੀਬਰ, ਅਤੇ ਜਕਲਾ, ਅਤੇ ਪਹਾੜ, ਅਤੇ ਤੂਰੀ, ਅਤੇ ਗਜ਼ਾਰ, ਬਰਕਟ, ਗੇਂਦੀ, ਗੁਜਰਾਲ, ਗੇਂਦਰ, ਬਰ ਗੁਜਰ, ਛਾਗਲਾ, ਛਾਲਾ, ਜੰਗਲ, ਜਾਤਲਾ, ਪਠਾਣਾ। ਇਹ ਜੀ ਡਾਕਟਰ ਲਾਲ ਬਖਸ਼ ਨਾਇਚ ਦੀ ਜਿਹੜੀ ਕਿਤਾਬ ਹੈ ਨਾਇਚਨਾਮਾ, ਉਹਦੇ 'ਚੋਂ ਰੈਫਰੈਂਸ ਦਿੱਤਾ ਗਿਆ। ਅਤੇ ਅੱਗੋਂ ਫਿਰ ਚੇਤੇ ਰਹੇ ਬਈ ਅੱਗੋਂ ਗੁੱਜਰ ਕਬੀਲੇ ਦੀਆਂ ਕਬੀਲਿਆਂ ਵਿੱਚੋਂ ਕਈ ਕਬੀਲੇ ਬਣ ਚੁੱਕੇ ਨੇ। ਅਤੇ ਗੁਜਰਾਤ ਦੇ ਪੰਜਾਬੀ ਪਿਆਰੇ ਸਾਡੇ ਡਾਕਟਰ ਆਜ਼ਰ ਮਹਿਮੂਦ ਚੌਧਰੀ ਹੋਰਾਂ ਦੱਸਿਆ ਬਈ ਇਸ ਵੇਲੇ ਗੁੱਜਰ ਜੱਟ ਕਬੀਲੇ ਦੀਆਂ ਅੱਗੋਂ 100 ਤੋਂ ਵੱਧ ਜਿਹੜੀਆਂ ਗੋਤਾਂ ਉਹ ਬਣ ਚੁੱਕੀਆਂ ਨੇ, ਕਿਉਂਕਿ ਮਾਸ਼ਾਅੱਲਾ ਬਹੁਤ ਤਕੜਾ ਕਬੀਲਾ ਹੈ। ਅਤੇ ਪੂਰੇ ਹਿੰਦ ਸਿੰਧ ਵਿੱਚ, ਅਤੇ ਇਹ ਮਤਲਬ ਹਿੰਦੁਸਤਾਨ ਵਿੱਚ, ਪਾਕਿਸਤਾਨ ਵਿੱਚ, ਬਲੋਚਾ ਆਪਣਾ ਇਹਦੇ ਸਿੰਧ ਵਿੱਚ, ਅਤੇ ਹਰ ਪਾਸੇ ਇਹ ਵੱਸਦਾ ਹੈ। ਇਸ ਜੱਟਾਂ ਵਿੱਚੋਂ ਗੁੱਜਰ ਜੱਟ ਕਬੀਲਾ ਇੱਕ ਬਹੁਤ ਹੀ ਤਕੜਾ ਕਬੀਲਾ ਹੈ। ਅਤੇ ਇਹ ਸਾਰੇ ਹਿੰਦ ਸਿੰਧ ਦੇ ਜਿਹੜੇ ਮਜ਼ਹਬ ਨੇ, ਮੁਸਲਮਾਨ, ਸਿੱਖ, ਹਿੰਦੂ, ਮਜ਼ਾਹਰ ਪ੍ਰਸਤ, ਇਹਨਾਂ ਦੇ ਵਿੱਚ ਮੌਜੂਦ ਹੈ। ਤੋ ਪਿਆਰਿਓ, ਇਹ ਸੀ ਅਹਿਵਾਲ ਗੁੱਜਰ ਜੱਟ ਕਬੀਲੇ ਦਾ। ਇਹਦੇ ਨਾਲ ਹੀ ਇਸਾਨ ਬਾਜਵਾ ਨੂੰ ਬਾਬਾ ਬਾਜਵਾ ਚੈਨਲ ਤੋਂ ਇਜਾਜ਼ਤ ਦਿਓ। ਜਿਉਂਦੇ ਰਹੋ, ਵੱਸਦੇ ਰਹੋ, ਖੁਸ਼ ਰਹੋ। ਤੁਹਾਡੇ ਨਾਲ ਮਿਲਾਂਗੇ ਇਸੇ ਸਿਲਸਿਲੇ ਦੀ ਕਿਸੇ ਅਗਲੀ ਵੀਡੀਓ 'ਚ।